ਅਲੰਕਾਰ ਕਿਨਾਰੇ ਹੈਦਰੀ ਸ਼ਹਿਨਸ਼ਾਹ ਜੀ ਫਿਰ ਸਾਹਿਬ ਜ਼ਾਕਰ ਗੁਲਾਮ ਅਬਾਸ ਬਿਸਮਿਲ੍ਲਾਹਿਰ-ਰਹਿਮਾਨਿਰ-ਰਹੀਮ ਜਿਤਨੇ ਸਫੇ ਅਦਾਰ ਅਤੇ ਅਦਾਦਾਰ ਮੌਜੂਦ ਨੇ ਔਰ ਬਾਨੀਏ ਮਜਲਿਸ ਔਰ ਜਿਤਨੀਆਂ ਦੁਆਵਾਂ ਮੇਰੀਆਂ ਔਰ ਮੇਰੇ ਜ਼ਿੰਮੇ ਲੱਗੀਆਂ, ਜਿਤਨੀਆਂ ਦੁਆਵਾਂ ਤੁਹਾਡੇ ਜ਼ਿੰਮੇ ਲੱਗੀਆਂ, ਜਿਤਨੀਆਂ ਦੁਆਵਾਂ ਪਰਦੇਦਾਰਾਂ ਦੀਆਂ ਔਰ ਉਹਨਾਂ ਦੇ ਜ਼ਿੰਮੇ ਲੱਗੀਆਂ, ਤਮਾਮ ਦੁਆਵਾਂ ਦੀ ਮੁਸਤਜਾਬੀਅਤ ਵਾਸਤੇ ਰਲ ਕੇ ਸਲਵਾਤ ਕੋਸ਼ਿਸ਼ ਕਰੋ ਜਿਸ ਜਿਸ ਇਨਸਾਨ ਨੂੰ 14 ਜਿਤਨੀ ਜਿਤਨੀ ਤਾਕਤ ਅਦਾ ਕੀਤੀ ਹੈ ਉਤਨੀ ਬੁਲੰਦ ਸਲਵਾਤ। ਭਾਈ ਇਸਨੂੰ ਥੋੜ੍ਹਾ ਖੋਲ ਲਓ, ਥੋੜ੍ਹਾ ਜਿਹਾ ਪਾ ਜਾ, ਹਲਕਾ ਜਿਹਾ ਪਾ ਜਾ। ਮੁੰਤਕੀਮੇ ਆਲੇ ਮੁਹੰਮਦ ਵਾਰਸੇ ਪੂਰੇ ਹੁਸੈਨ ਜ਼ਾਮਦ ਨਸਲ ਮੁਸਤਫਾ ਜ਼ਮਾਨਤ ਨਸਲ ਮੁਹੰਮਦ ਹਕੀਕੀ ਆਇਤੁੱਲਾਹ ਹਕੀਕੀ ਹੁਜਰਤੁੱਲਾਹ ਹਕੀਕੀ ਰਿਸਾਲੁੱਲਾਹ ਹਕੀਕੀ ਮਸ਼ੀਅਤੁੱਲਾਹ ਹਕੀਕੀ ਕੁਦਰਤੁੱਲਾਹ ਪਾਕ ਬੀਬੀ ਦਾ ਬੇਨਸਲ ਅਤੇ ਬੇਮਿਸਾਲ ਮਹਿੜਾ ਸੁਲਤਾਨ ਜ਼ਮਾਨਾ ਸੁਲਤਾਨ ਕੈਨਾਤ ਦੀ ਜਲਦਾਮਦ ਵਾਸਤੇ ਜਿਸ ਹਜ਼ਾਰ ਦਾ ਜਿਤਨਾ ਦਿਲ ਤੜਪਦਾ ਹੈ, ਜਿਤਨਾ ਦਿਲ ਮਚਲਦਾ ਹੈ, ਉਸਨੇ ਗੁਲਾਮ ਸਲਵਾ ਨਾਇਬ ਵਾਲਿਬੁਲ ਇਕਰਾਮ ਤਰਪਾਲ ਹੁਸੈਨ ਦੇ ਮਾਤਮੇ ਉਦਾਰ ਸਦਾ ਸੁਨੇਹ ਸਦਾ ਇਰਾਜ਼ਦਾ ਇਰਸ਼ਾਦ ਅਲੀ ਅਕਬਰ ਬਾਦਸ਼ਾਹ ਦੇ ਤਈਬ ਤੈਰ ਬਾਬੇ ਦੀ ਤਈਬ ਤੈਰ ਨਲੈਨ ਸਾਫ ਕਰਕੇ ਉਸਦੇ ਕੰਟੀਨਸ ਇਕੱਠਾ ਕਰਨ ਵਾਲੇ ਜੋ ਵੀ ਪਹਿਲਾਂ ਉਹਦੇ ਜਿਹੜੇ ਬੰਦੇ ਸਾਹਿਬ ਦੇ ਮੌਜੂਦ ਹੋ ਮਜਲਿਸ 'ਤੇ ਚਲੋ ਨਮਸਤੇ ਹੀ ਹੈ ਮੇਰੇ ਬਾਗ ਦੇ ਵਿੱਚ ਜਿਹੜੇ ਬੰਦੇ ਸ਼ਾਮਿਲ ਮਾਇਕ ਦੀ ਦਿਓ ਤੁਹਾਡੀ ਦੀ ਆਵਾਜ਼ ਮੈਂ ਪਹਿਲਾਂ ਜੁਮਲਾ ਆਖਾਂ ਔਰ ਉਹਦੇ ਬਾਅਦ ਫੈਸਲਾ ਕਰਾਂ ਕਿਉਂਕਿ ਫਜ਼ਾਇਲ ਦੀ ਸਦਰ ਮੈਂ ਸਿਰਫ ਜ਼ੀਨਤ ਵਾਸਤੇ ਪੜ੍ਹੂਆ ਮੈਂ ਚਲੋ ਬਾਹਰ ਖਲੋਤੇ ਬੰਦੇ ਮਸੈਬ ਤੱਕ ਅੰਦਰ ਆ ਜਾਵਣ ਨਹੀਂ ਤਾਂ ਮੈਨੂੰ ਉੱਠਦੇ ਮਸੈਬ ਪੜ੍ਹਨਾ ਚਾਹੀਦਾ ਯਾਰ ਮੈਨੂੰ ਦੱਸੇ ਤੇ ਬਸ ਬੰਦੇ ਨੇ ਲਾਉਣ ਵਾਸਤੇ ਮੈਨੂੰ ਬੋਲਾ ਪੂਰਾ ਪੜ੍ਹੂਆ ਤੁਰਫੇ ਦਾ ਦੇਖਦਾ ਰਹੇ ਮੁੰਬਰ ਦੇ ਉੱਤੇ ਉਹ ਬੈਠਾ ਹੈ ਜਿਹਦੀ ਵਜ੍ਹਾ ਤੋਂ ਮੁੰਬਰ ਸੋਹਣਾ ਲੱਗਦਾ ਕਸ਼ਮੀਰ ਦੋ ਗੱਲਾਂ ਕਬੂਲ ਕਰ ਲਓ ਉਹਦੇ ਬਾਅਦ ਦੇਖ ਸਕਰ ਮੈਂ ਤਿਲਾਵਤ ਕਰ ਦੇਵਾਂ ਉਸੇ ਦੀ ਤੁਰਫੇ ਦਾ ਮੈਂਬਰ ਆਈ ਔਰ ਮੈਂਬਰ 'ਤੇ ਉਹ ਬੈਠਾ ਹੈ ਜਿਹਦੀ ਵਜ੍ਹਾ ਤੋਂ ਮੈਂਬਰ ਸੋਹਣਾ ਲੱਗਦਾ ਮਸਜਿਦ ਵਿੱਚ ਇੱਕ ਬੰਦਾ ਜਿਵੇਂ ਤੇਰਾ ਮਿਜ਼ਾਜ ਹੋਇਆ ਮੈਂ ਉਵੇਂ ਜੁਮਲਾ ਆਖਣਾ ਮਸਜਿਦ ਇੱਕ ਬੰਦਾ ਸਫ਼ਰ ਦੀ ਧੂੜ ਆਪਣੇ ਕੱਪੜਿਆਂ ਤੋਂ ਛੱਡਦਾ ਛੱਡਦਾ ਅਲੀ ਦੇ ਸਾਹਮਣੇ ਆਇਆ ਉਸ ਆ ਕੇ ਮਾਲਕ ਨੂੰ ਸਲਾਮ ਕੀਤਾ ਜਦੋਂ ਉਸ ਅੱਲਾ ਦੇ ਸਲਾਮ ਨੂੰ ਸਲਾਮ ਕੀਤਾ ਪਿਆਰ ਫਰਮਾਵੇ ਆਖਿਰ ਵਾਸਤੇ ਨਹੀਂ ਇਤਨਾ ਬੋਲਿਆ ਜਿਵੇਂ ਕਬਰ ਦੀ ਰਾਤ ਥੋੜ੍ਹੀ ਸੋਹਣੀ ਹੋ ਜਾਵੇ ਜਿੱਦਾਂ ਜ਼ਿਕਰ ਵੀ ਆਉਂਦਾ ਹੈ ਪਤਾ ਲੱਗੇ ਵੀ ਉਹਦੇ ਨਾਲ ਕੋਈ ਤੇਰਾ ਰਿਸ਼ਤਾ ਮੌਜੂਦ ਹੈ ਇਤਨਾ ਹੀ ਕੋਸ਼ਿਸ਼ ਕੀਤੀ ਕਰੋ ਜ਼ਿਕਰ ਪਾ ਕੇ ਜਦੋਂ ਅੱਲਾ ਦੇ ਸਲਾਮ ਨੂੰ ਸਲਾਮ ਕੀਤਾ ਮਾਲਕ ਦੇ ਸਲਾਮ ਦਾ ਜਵਾਬ ਦਿੱਤਾ ਉਸ ਆਖਿਆ ਬਾਦਸ਼ਾਹ ਮੈਂ ਯਮਨ ਵਿੱਚੋਂ ਆਇਆ ਕਿੱਥੋਂ ਯਮਨ ਵਿੱਚੋਂ ਆਇਆ ਮਿੰਬਰ ਦੇ ਸੱਜੇ ਪਾਸੇ ਖਲੋਤੇ ਹਨ ਜਨਾਬ ਮਾਲਕ ਏ ਉਸਤਰ ਐਸਤਰ ਜ਼ਰੂਰ ਕਬੂਲ ਕਰਿਆ ਹੈ ਮਾਲਕ ਅੱਗਾਂ ਵੱਧ ਕੇ ਉਸ ਬੰਦੇ ਦੀ ਕਲਾਈ ਲੱਭ ਕੇ ਅਤੇ ਉਹਨੂੰ ਝਟਕਾ ਦੇ ਕੇ ਆਉਂਦਾ ਹੈ ਜਿਨ੍ਹਾਂ ਨੂੰ ਐਡਰੈਸ ਦੱਸਣਾ ਪਾਉਂਦਾ ਹੀ ਉਹ ਸਾਰੇ ਮਰ ਗਏ ਅਤੇ ਅਲੀ ਹੈ ਜੋ ਹੋ ਗਈ ਸਾਰਿਆਂ ਦੀ ਚਲੋ ਮੈਂ ਅਗਲਾ ਜੁਗਲਾ ਚਾਹਦਾ ਜਿਨ੍ਹਾਂ ਨੂੰ ਐਡਰੈਸ ਦੱਸਣਾ ਪਾਉਂਦਾ ਹੀ ਉਹ ਸਾਰੇ ਮਰ ਗਏ ਅਤੇ ਇਹ ਅਲੀ ਹੈ ਜਿਹਨਾਂ ਨੂੰ ਐਡਰੈਸ ਦੱਸਣਾ ਪਾਉਂਦਾ
ਮੈਨੂੰ ਮੈਂ ਆਖਿਆ ਨਾ ਤੂੰ ਮਦਦ ਆਵਾਂ ਪਹਿਲੇ ਦਿਲਵਾ ਲਓ ਤੁਹਾਡਾ ਹੀ ਗੁਨਾਹ ਹੈ ਹੈਲੋ ਰੋਕਾ ਮੈਂ ਕੀਤਾ ਇਹ ਰੋਕ ਥੋੜ੍ਹਾ ਬਦਲ ਕੇ ਪੜ੍ਹ ਦਿੰਦਾ ਸ਼ਾਮਿਲ ਹੋ ਮੇਰੇ ਨਾਲ ਤਵੱਜੋ ਬਾਹਰ ਲਓ ਮੈਂ ਤੁਹਾਡੀ ਤੋਂ ਮੈਂ ਪੜ੍ਹਨਾ ਚੁੱਕਦਾ ਜਿਹਨਾਂ ਨੂੰ ਦੱਸਣਾ ਪਾਉਂਦਾ ਉਹ ਸਾਰੇ ਮਰ ਗਏ ਅਤੇ ਹਲੀ ਉਹਦਾ ਕਿ ਮੌਲਾ ਮੈਂ ਨਾ ਯਮਨੀਆ ਆਪਣੀ ਜ਼ਾਤ ਮੁਤਮਿਨ ਕਰਨ ਵਾਸਤੇ ਤਾਰਫ ਕਰਾ ਰਿਹਾ ਮੈਂ ਤੁਹਾਡਾ ਨੌਕਰ ਹਾਂ ਅਤੇ ਵਾਲਦ ਸਾਹਿਬ ਤੁਹਾਨੂੰ ਨਨ ਮੰਨਦੇ ਉਹਨਾਂ ਮੇਰੀ ਪ੍ਰਾਪਰਟੀ 'ਚੋਂ ਹਿੱਸਾ ਨਹੀਂ ਦਿੱਤਾ ਕੁਛ ਮੇਰੇ ਵਿਰਾਵਾਂ ਵੀ ਨਹੀਂ ਦਿੱਤਾ ਵਿਰਾਹ ਮੇਰੇ ਅਮੀਰ ਨੇ ਅਤੇ ਮੈਂ ਗਰੀਬ ਹਾਂ ਲਫਜ਼ੇ ਗਰੀਬੀ ਦੇ ਮੂੰਹ 'ਚੋਂ ਨਿਕਲੀ ਹੈ ਜਿਹੜਾ ਬੰਦਾ ਅਲੀ ਅਮਲੀ ਉੱਲਾ ਪੜ੍ਹਦਾ ਮੈਨੂੰ ਵੇਖੇ ਤਾਂ ਮੈਂ ਜੁਮਲਾ ਆਖਾਂ ਲਫਜ਼ੇ ਗਰੀਬੀ ਇਹਦੇ ਮੂੰਹ 'ਚ ਨਿਕਲੀਏ ਅਬੂ ਜ਼ਰ ਅੱਗਾ ਵੱਧ ਕੇ ਆਦਾ ਮੌਲਾ ਇੱਕ ਪਲ ਦਾ ਇਜਾਜ਼ਤ ਦਿਓ ਤੁਹਾਡੀ ਮੌਜੂਦਗੀ ਦੇ ਵਿੱਚ ਮੈਂ ਇਸਨੂੰ ਦੱਸਾਂ ਵੀ ਇਹ ਕਿਤਨਾ ਅਮੀਰ ਹੈ ਸੁਣਦੇ ਪਏ ਸਾਰੇ ਬੰਦੇ ਸੁਣਦੇ ਪਏ ਉਹਨੇ ਮੈਂ ਕੀ ਪਹਿਲਾਂ ਇਹਨੂੰ ਦੱਸਾਂ ਵੀ ਇਹ ਕਿੱਡਾ ਅਮੀਰ ਹੈ ਮੌਲਾ ਆਖਿਆ ਬਿਲਕੁਲ ਅਬੂ ਜ਼ਰ ਦੱਸ ਸਾਹਮਣੇ ਆ ਖਲੋਤਾ ਉਸ ਆਖਿਆ ਮੈਂ ਇਸ ਬਾਦਸ਼ਾਹ ਦਾ ਨੌਕਰ ਮੈਂ ਇਸ ਸਰਦਾਰ ਦੇ ਦਰਵਾਜ਼ੇ ਦਾ ਸਰਦਾ ਗੁਜ਼ਾਰ ਮੈਂ ਤੇਰੇ ਕੋਲ ਇੱਕ ਗੱਲ ਪੁੱਛਣਾ ਚਾਹੁੰਦਾ ਜੇ ਉਹ ਹੁੰਦਾ ਪਹਾੜ ਤੈਨੂੰ ਮੈਂ ਸੋਨੇ ਦਾ ਕਰ ਦੇਵਾਂ ਸਾਰਿਆਂ ਨਹੀਂ ਸੁਣੀ ਜੋ ਮੈਂ ਕੀ ਆਖਿਆ ਜਿਹੜਾ ਬੰਦਾ ਇੱਕ ਦੂਜੇ ਨੂੰ ਵੇਹਦਾ ਪਿਆ ਮੈਂ ਉਹਦੇ ਵਾਸਤੇ ਨਹੀਂ ਪਿਆਦਾ ਜਿਹੜਾ ਬਦਲੇ ਸੁਣਦਾ ਪਿਆ ਉਹਦੇ ਵਾਸਤੇ ਜੁਮਲਾ ਕਹਿੰਦਾ ਉਹਦਾ ਪਹਾੜ ਮੈਂ ਤੈਨੂੰ ਸੋਨੇ ਦਾ ਕਰ ਦੇਵਾ ਤੂੰ ਸਕਿਆ ਵੱਡੇ ਬਾਦਸ਼ਾਹ ਦਾ ਨੌਕਰ ਹੈ ਕੋਈ ਹੈਰਾਨਗੀ ਵਾਲੀ ਗੱਲ ਨਹੀਂ ਤੂੰ ਕਰ ਸਕਦਾ ਅਬੂ ਜ਼ਰ ਅੱਗੇ ਤਾਂ ਕਤਰੀਲਾ ਬੰਦਾ ਤੈਨੂੰ ਗੋਲ ਲੱਗਦਾ ਕਿ ਵੀ ਇਹ ਸਾਰੇ ਦਾ ਸਾਰਾ ਤੂੰ ਲੈ ਲੈ ਅਤੇ ਅਲੀ ਦੀ ਵਿਲਾਇਤ ਛੋੜ ਦੇ ਕਿਆ ਤੂੰ ਛੋੜ ਦੇਗਾ ਅਬੂ ਜ਼ਰ ਦੇ ਚਿਹਰੇ ਵੱਲ ਵੇਖ ਕੇ ਆਦਾ ਅਲੀ ਛੱਡ ਕੇ ਮੈਂ ਕਾਫਰ ਤਾਂ ਨਹੀਂ ਨਾਉਣਾ ਅਲੀ ਛੱਡ ਕੇ ਮੈਂ ਮੁਸ਼ਰਕ ਤਾਂ ਨਹੀਂ ਨਾਉਣਾ ਪੰਜ ਬੰਦੇ ਸਬਰ ਕੇ ਬੋਲੋ ਤਾਂ ਮੈਂ ਰਾਵੀ ਨਾ ਇੱਥੋਂ ਅਬੂ ਜ਼ਰ ਮੂੰਹ ਚੁੱਕ ਆਦਾ ਹੁਣ ਦੱਸ ਅਜੇ ਤੂੰ ਗਰੀਬ ਹੈ ਤੇਰੇ ਕੋਲ ਤੇ ਏਡੀ ਵੱਡੀ ਦੌਲਤ ਮੌਜੂਦ ਹੈ ਵਿਲਾਇਤ ਅਲੀ ਦੀ ਮਤਲਬ ਕਿ ਮੌਲਾ ਮੈਂ ਕੂਫੇ ਦਾ ਦੱਕਤੁਲ ਕਜ਼ਾ ਪਿਆ ਪੜ੍ਹਦਾ ਜਿਹੜੇ ਬੰਦੇ ਕੂਫੇ ਦੇ ਜ਼ਾਹਿਰ ਹੋ ਮੇਰੀ ਗੱਲ ਦੀ ਜ਼ਰਾ ਗਵਾਹੀ ਦੱਸੋ ਦੱਕਤੁਲ ਕਜ਼ਾ ਪਿਆ ਪੜ੍ਹਦਾ ਦੱਕਤੁਲ ਕਜ਼ਾ ਅਲੀ ਦੀ ਆਵਾਜ਼ ਪਿਆ ਦੀ ਹੈ ਆਖਣਾ ਕੀ ਚਾਹੁੰਦਾ ਮਤਲਬ ਕਿ ਮੌਲਾ ਮੈਂ ਵਤਨ 'ਤੇ ਵਾਅਦਾ ਕਰਕੇ ਆਇਆ ਕਿ ਮੈਂ ਆਦਲ ਇਮਾਮ ਦਾ ਨੌਕਰ ਹਾਂ ਸ਼ਾਹੀ ਵੀ ਉਸ ਮਾਲਕ ਦੀ ਹੈ ਮੈਂ ਦੁਨੀਆ 'ਤੇ ਜ਼ਹਿਰੀ ਤੌਰ 'ਤੇ ਵੀ ਅਦਲ ਚਾਸਾਂ ਬਜ਼ੁਰਗ ਮੇਰੇ ਵੇਖਿਆ ਅਦਲ ਚਾਸਾਂ ਅਲੀ ਅਦੇ ਨਾਲ ਚੱਕੀਆ ਕਿਹੜਾ ਚੰਦਾ ਤਾਂ ਮੌਲਾ ਹਿੱਸਾ ਸਰਕਾਰ ਆ ਕੇ ਮਸਲੇ ਦਾ ਹਾਲ ਮੇਰੇ ਕੋਲ ਨਹੀਂ ਉਹ ਮਾਲਕ ਤੇਰਾ ਦਰਵਾਜ਼ਾ ਸਿਰਫ ਤੇਰਾ ਦਰਵਾਜ਼ਾ ਨਹੀਂ ਤੇਰਾ ਦਰਵਾਜ਼ਾ ਬਾਬੇ ਤੌਹੀਦ ਤੇਰੇ ਚਿਹਰੇ ਤੇ ਮੁਸਕਾਨ ਜ਼ਰੂਰ ਹੋਵੇ ਪਤਾ ਲੱਗੇ ਮਜ਼ਾਕਰ ਦੇ ਫਜ਼ਾਇਲ ਪੇ ਪੜਦਾ ਮੈਂ ਸਾਹਿਬ ਦੀ ਸ਼ੁਰੂ ਕੀਤਾ ਇਤਨੀ ਰੌਣਕ ਜ਼ਰੂਰ ਹੋਵੇ ਬਾਬੇ ਤੌਹੀਦ ਜੇ ਮੈਂ ਬਾਬੇ ਤੌਹੀਦ ਤੂੰ ਵੀ ਖਾਲੀ ਟੁਰ ਗਿਆ ਤਾਂ ਮੌਲਾ ਕਿਹਦਾ ਹੀ ਹਾਲ ਨਹੀਂ ਅਲੀ ਫਰਮਾਇਆ ਹਾਲ ਵਾਕਿਆ ਹੀ ਮੇਰੇ ਕੋਲ ਨਹੀਂ ਅਤੇ ਕਿਹਦੇ ਕੋਲ ਮੌਲਾ ਫਰਮਾਇਆ ਜਿਹੜਾ ਮਰ ਗਿਆ ਉਹ ਸਖਿਆ ਮੌਲਾ ਉੱਥੇ ਮਰ ਗਿਆ ਮੌਲਾ ਦੇ ਕੋਈ ਗੱਲ ਨਹੀਂ ਉਹ ਦੱਸਣ ਵਾਸਤੇ ਜ਼ਿੰਦਾ ਹੋ ਸੀ ਤਾਂ ਮੁੜ ਮਰ ਜਾ ਸੀ ਮੈਂ ਸਦਕੇ ਜਾਵਾਂ ਉਹ ਦੱਸਣ ਵਾਸਤੇ ਜ਼ਿੰਦਾ ਹੋ ਸੀ ਗੁੱਤੇ ਵੱਧ ਮਰ ਜਾ ਸੀ ਉਹਦਾ ਕਿਹਾ ਮੌਲਾ ਇੱਕ ਕੰਮ ਕੌਣ ਕਰ ਸੀ ਇਸ ਜੁਮਲੇ 'ਤੇ ਗੌਰ ਕਰਿਆ ਜ਼ਿਕਰ ਦੀ ਕਸਮ ਇਸ ਜੁਮਲੇ ਦੀ ਨਿਫਾਸਤ ਅਗਰ ਤੈਨੂੰ ਮਜਬੂਰ ਕਰੇ ਤਾਂ ਮੈਂ ਤੇਰੇ ਚਿਹਰੇ 'ਤੇ ਮੁਸਕਾਨ ਜ਼ਰੂਰ ਆਵੇ ਇਹਦੇ ਵਾਕਿਆ ਕੰਮ ਕੌਣ ਕਰ ਸੀ ਅਲੀ ਆਖਿਆ ਚੱਲ ਮੈਂ ਕਰ ਦੇਣਾ ਲਫਜ਼ੇ ਚੱਲ 'ਤੇ ਗੌਰ ਕਰਿਆ ਚੱਲ ਮੈਂ ਕਰ ਦਿੰਦਾ ਬੰਦਾ ਬੜਦਾ ਬੜਦਾ ਬਾਹਰ ਗਿਆ ਉਹ ਸਮਾਨ ਦੀ ਗੱਡੀ ਚਾਹ ਕੇ ਆਪਣੇ ਸਿਰ 'ਤੇ ਰੱਖੀ ਮੈਂ ਵੇਖਿਆ ਜੇ ਗੱਡੀ ਰੱਖ ਕੇ ਸਮਾਨ ਦੀ ਬੜਦਾ ਬੜਦਾ ਅਲੀ ਦੇ ਸਾਹਮਣੇ ਆ ਕੇ ਆਉਂਦਾ ਮੌਲਾ ਮੇਰੀ ਸਵਾਰੀ ਬੂਵੇ ਅੱਗੇ ਤੁਸੀਂ ਘਰੋਂ ਹੋ ਜਾਓ ਆਪਣੀ ਸਮਾਨ ਤਿਆਰ ਕਰੋ ਆਪਣੀ ਸਵਾਰੀ ਤਿਆਰ ਕਰੋ ਚੜ੍ਹੋ ਸਵਾਰੀ 'ਤੇ ਮੈਂ ਵੇਖਿਆ ਜੇ ਚੜ੍ਹੋ ਸਵਾਰੀ 'ਤੇ ਸਮਾਨ ਲਵੋ ਅਤੇ ਚਲੀਏ ਮੌਲਾ ਆਖਿਆ ਕਿੱਥੇ ਉਹ ਸਖਿਆ ਨਹੀਂ ਯਮਨ ਸਰਕਾਰ ਆਖਿਆ ਕਿਉਂ ਉਹ ਸਖਿਆ ਨਹੀਂ ਵੱਡੇ ਬਾਦਸ਼ਾਹ ਦੋ ਮਿੰਟ ਪਹਿਲੇ ਗੱਲ ਨਾ ਹੀ ਹੋਈ ਵੀ ਮੇਰਾ ਮੁਰਦਾ ਪਿਓ ਜ਼ਿੰਦਾ ਕਰਨਾ ਅਤੇ ਜ਼ਾਹਿਰ ਯਮਨ ਜਾਣਾ ਪੋ ਸੀ ਉੱਥੇ ਪਿਓ ਦੀ ਖਬਰ ਹੈ ਕਿਤਨੇ ਬੋਲੋਗੇ ਮੈਂ ਨਹੀਂ ਜਾਣਦਾ ਲਾਕਰ ਕੋਲ ਪੱਥਰ ਸੋਟਾ ਨਹੀਂ ਹੁੰਦਾ ਜਿਹੜਾ ਮੋਮਨ ਨੂੰ ਮਾਰ ਕੇ ਬੁਲਾਵੇ ਮੁਹੱਬਤ ਅਲੀ ਮਜਬੂਰ ਕਰੀ ਅਤੇ ਤਾਇਦ ਕਰੀ ਉਹ ਸਖਿਆ ਮੌਲਾ ਚੱਲੀਏ ਯਮਨ ਮੇਰਾ ਮੁਰਦਾ ਪਿਓ ਜ਼ਿੰਦਾ ਕਰ ਦਿਓ ਅਲੀ ਮੁਸਕੁਰਾ ਕੇ ਆਦਿ ਤੂੰ ਨਵਾਂ ਆਇਆ ਨਾ ਤੈਨੂੰ ਮੇਰਾ ਪਤਾ ਨਹੀਂ ਜਿਹੜਾ ਜਾ ਕੇ ਮੁਰਦੇ ਜ਼ਿੰਦਾ ਕਰੇ ਉਹ ਈਸਾ ਹੈ ਮੈਂ ਅਲੀ ਹਾਂ ਜਿਹੜੇ ਜਾ ਕੇ ਮੁਰਦੇ ਜ਼ਿੰਦਾ ਕਰੇ ਉਹ ਈਸਾ ਹੈ ਉਹੀ ਸਹਿ ਇੱਥੇ ਫਿਰੇ ਕੇ ਇਮਾਮ ਜੁਮਲਾ ਇਰਸ਼ਾਦ ਫਰਮਾਇਆ ਤਵੱਜੋ ਤੁਹਾਡੀ ਹੋ ਗਈ ਮਜ਼ੀਦ ਲਈ ਤਵੱਜੋ ਹੋਰ ਚਾਹਾਂ ਮੈਂ ਸਾਹਿਬ ਦਾ ਜੁਮਲਾ ਅਰਜ਼ ਕਰਾਂ ਅਲੀ ਫਰਮਾਇਆ ਮੁਰਦੇ ਜ਼ਿੰਦਾ ਕਰਨਾ ਕਿਹੜਾ ਵੱਡਾ ਕੰਮ ਇੱਥੇ ਮੇਰਾ ਸਲਮਾਨ ਵੀ ਕਰ ਲਿਆ ਪਤਾ ਸਲਮਾਨ ਕੌਣ ਸਲਮਾਨ ਦਾ ਪਤਾ ਮੈਂ ਸਲਮਾਨ ਕੌਣ ਪਹਿਲੇ ਪੂਰੀ ਇਸ ਵਾਸਤੇ ਪੜ੍ਹਦਾ ਪਿਆ ਤੇਰਾ ਮਿਜ਼ਾਜ ਮੁਕੰਮਲ ਸ਼ਾਮਿਲ ਹੋ ਜਾਵੇ ਸਲਮਾਨ ਕੌਣ ਮਸਜਿਦ ਦੇ ਵਿੱਚ ਬੈਠਿਆ ਅਲੀ ਅਤੇ ਮੁਹੰਮਦ ਦੋਵੇਂ ਹਨ ਕਰੀਬ ਕਰੀਬ ਮੰਜ਼ਰ ਬਣਿਆ ਹੋਇਆ ਹੀ ਮੇਰਾਜ ਆਲਾ ਮੁਤਮਿਨ ਹੋ ਕੇ ਮੈਂ ਜੁਮਲਾ ਆਖਣਾ ਹੈ ਸਲਮਾਨ ਪਾਕ ਕੋਲ ਖਲੋਤੇ ਹਨ ਅਤੇ ਸਲਮਾਨ ਵੇਖਿਆ ਵੇ ਬਾਦਸ਼ਾਹ ਕੋਈ ਇੱਕ ਦੂਜੇ ਨਾਲ ਇਸਰਾਰ ਸ਼ੇਅਰ ਕਰਦੇ ਪਏ ਸਲਮਾਨ ਬਾਹਰ ਖਲੋਤੇ ਬਾਹਰ ਕਦਮ ਰੱਖਿਆ ਤਾਂ ਕੋਈ ਇੱਕ ਬੰਦਾ ਆਇਆ ਬੜਾ ਤੇਜ਼ ਤੇਜ਼
سلمان مسجد کون؟ سلمان کہ میں کی پتہ کون بندہ کھچ گیا غصہ کر گیا لگا تو اندر نہیں آیا لگا تو اندر جانا نہیں پہ جا کے ویکھ لے اور لگا سلمان کون ہے سلمان کہ نہیں پتہ اور لگا سلمان واللہ نہیں پتہ سلمان کہ اللہ دی قسم ہے نہیں پتہ نہیں سنی تسی گل جو میں کیا کہ اللہ دی قسم ہے کھلی کھلی گل تے سارے سن دین عقیدے دی گل گہری کر کے وی سنی کرو نہیں پتہ تو میں کی پتہ کون اور ٹریا اندر قدم رکھیا اس ویکھیا علی مصطفیٰ موجود نے اور لگے بعد سے اگے تے کام ہیٹھا ہوتا ہوندا ہی تیار میں پکی رپورٹ لے کے آیا کیڑی او جڑا تھوڑا ہے نا بولی نو تسی اندے ہو میرے فارسی نہ آکھیا کرو ان محمدی آکھیا کرو تواڈے محمدی جھوٹ بولے فرمایا سلمان تے جھوٹ جڑدا ہی نہیں تو کی آکھیا توجہ کی آکھیا اور لگا کہ میں نے پوچھے اندر کون اور لگے میں کی پتہ کون مولا فرمایا سلمان نو ساتھ گل سلمان دے سامنے سی سلمان نو بلایا سلمان آ ذرا میں نے ویکھیا سلمان آ ذرا سدے پہ نہیں مالن سلمان آئے ایک ہاتھ علی دے قدماں تے دوجا ہاتھ مصطفیٰ دے قدماں تے بادشاہ تو سمے نے بلایا میں نے ویکھیا بادشاہ تو سمے نے بلایا سلمان ہاں بلایا ہے اے پہ آندا ہے تو جھوٹ بولے سلمان دے مالک کہ آپ بہت بڑا جھوٹ ہے اور لوگوں دے وچ یاد ہے کہ میرے سچا آکھو ہے جھوٹا سن دے پہ وہ تو میں تبرہ پہ پڑھنا ان بھی تبرہ یاد ہے جھوٹا تو بندیاں چاہتا ہے میرے سچا سچا آکھو سن دے پہ وہ میں گلا جملہ کا بندیاں چاہتا ہے میرے سچا سچا آکھو ہے بڑا جھوٹا تو ہے سچا سچا آکھو سلمان تو میرے نال جھوٹ نہیں بولے سلمان اگر نہیں اور اگر تو میرے اتنے ملے سلمان اکل جی ہاں میں تیرے کو پوچھیا میں اندر پہ آنا اس نے کہہ دیا میں تینوں آخیا اندر کون اس نے کہہ دیا تو مینوں آخیا میں نہیں پتا سلمان آخیا تو چبلے میرے ہون بھی نہیں پتا ہے کون مرضی ہر بندے دی اپنی مقصود ہر بندے دا اپنا مینوں ہون بھی نہیں پتا جو یہ کون ہے مصطفیٰ گل کھلنا چاہتے ہیں تے کلوانی سلمان دے ذریعے چاہتے ہیں سلمان میں محمد ہاں اے علی ہے تو کیوں نہیں پہ لو دسدا وی محمد تے علی نے سلمان دے مالک اگر اجازت دیو تے میں ٹڈ بیٹھ تھوڑی دوما بھراواں دی اکٹھی ولایت اور رسالت پڑھا چا تے بسم اللہ چہرے ال ویکھیا دے پچھلے جمعے والے دیہاڑے ممبر سجیا تے تسی آپ آ کے ممبر تے بیٹھے تے تسی عنوان رکھ تقریر دائیو جملہ نہیں آ کیا میں نے کوئی نہیں جانتا جی میں اللہ تے علی جان دے محمد نو میرے کوئی نہیں جانتا جی میں اللہ تے علی جان دے علی نو میرے کوئی نہیں جانتا جی میں اللہ تے میں جان دے ہاں میں نے کہے تے اللہ نو میرے کوئی نہیں جانتا جی میں علی تے محمد جان دے قدمہ تے ہاتھ لا کے آدھا پتران دی حیاتی ہوئی نہ میں اللہ نہ میں محمد نہ میں علی میں نے کی پتا تسی کون ہو سن دے پیو سارے بندے جو میں کیرت پہ کردہ اے مردہ زندہ کرنا کیڑا بڑا کام ہے اے تے میرا سلمان بھی کر لے بندہ بھجیا تعارف سلمان ہو گیا میں گلا جملہ کا بندہ بھجیا تے گلی ار سلمان پہ ہوندے ہیں اور دکھا سلمان اسی تین جھاڑو والا سمجھے میں تو بکر شکر دے رہے سین تیار پتہ لگیا میں اس دروازے دے ہوتے سردہ کر کے تو بڑا بڑا بندہ بڑا نہیں سمجھے چل گیا سمجھان بھی کوشش کرتا سلمان آدھا خیر ہو گئے کلا تے تیرے منہ چ سن بھی نہیں پیا لگ رہے اور زکیا جب نہیں آیا میں ویکھو ذاکر مصور ہوندا میں تو نقشہ بڑھا دیا سلمان ان کر کے کھلوتا اچھا او زکیا کیا میرا مردہ پیو زندہ کر اچھا علی آ کیا کوئی گل نہیں ہے تو میرا سلمان کر لیندا ہے سلمان ایتھے کی کیا کیا او زکیا علی پیا دے مردہ زندہ کرنا کیڑا بڑا کام ہے اے تے میرا سلمان بھی کر لیندا ہے اے علی آ دے تے میں کر لینا مرضی ہر بندے دی اپنی مقصود اپنے ہر بندے دا اپنا علی آ دے تے مڑ میں کر لینا او زکیا چلیے سلمان آ دے کتے او زکیا وادی سلام تے مردے ہیں مردیاں دی قطار لگی ہے چلیے اوتھے سلمان دے ٹو بوسیتا قبر ہائی مردہ ہائی نو نبی دے دور دا سن دے پے سارے بندے نو نبی دے دور دا خالی مردہ ہائی نو نبی دے دور دا مٹی دے وچ ہڈیاں رل رل گئیاں مٹی نہیں پتہ لگدی کیڑی اے تے اودیاں ہڈیاں دا سرما کیڑے سلمان آ کے قبر تے بیٹھے چار گلاں تے ایک سطر آکھنا چلا کھبا ہاتھ
ਕਬਰ ਤੇ ਇਹ ਸੱਜਾ ਹੱਥ ਉਸ ਬੰਦੇ ਵੱਲ, ਇਹ ਸਾਹਿਬ ਕਬਰ, ਇਹ ਬੰਦਾ ਮੈਨੂੰ ਫਲਾਣੀ ਗਲੀ ਦੇ ਫਲਾਣੇ ਮੋੜ ਵਿੱਚ ਮਿਲਿਆ। ਮੈਨੂੰ ਵੇਖੋ ਤਵੱਜੋ ਬਹਾਲ ਕਰੋ ਆਪਣੀ, ਇਹ ਬੰਦਾ ਮੈਨੂੰ ਫਲਾਣੀ ਗਲੀ ਦੇ ਫਲਾਣੇ ਮੋੜ ਵਿੱਚ ਮਿਲਿਆ। ਇਸ ਮਿਲਣ ਆਖਿਆ ਮੇਰੇ ਮਾਲਕ ਅਲ ਮੌਲਾ, ਮੇਰੇ ਰਹੀਮ, ਮੇਰੇ ਕਰੀਮ, ਮੇਰੇ ਰਾਜ਼ਕ, ਮੇਰੇ ਮਾਲਕ, ਮੇਰੇ ਖਾਲਕ, ਮੇਰੇ ਵਾਰਸ, ਮੇਰੇ ਇਮਾਮ ਅਲੀ ਫਰਮਾਇਆ ਜੋ ਮੈਂ ਸਲਮਾਨ ਉਸਦੇ ਜ਼ਿੰਦਾ ਕਰ ਲੈਂਦਾ, ਅਲੀ ਆਖਿਆ ਤੂੰ ਉੱਠ। ਜਿਹੜਾ ਨਹੀਂ ਬੋਲਿਆ ਬੇਚਾਰਾ ਬੋਲ ਹੀ ਖੋ ਨਹੀਂ ਸਕਦਾ, ਉਹਦੀ ਕਬਰ ਪੂਰੀ ਹੋਈ, ਅਲੀ ਆਖਿਆ ਤੇ ਤੂੰ ਕਬਰ ਫੱਟੀ, ਮਿੱਟੀ ਵੱਖਰੀ ਹੋਈ, ਹੱਡੀਆਂ ਦਾ ਸੁਰਮਾ ਵੱਖਰਾ ਹੋਇਆ। ਸੁਣਦੇ ਪਿਓ ਸਾਰੇ ਬੰਦੇ, ਹੱਡੀਆਂ ਦਾ ਸੁਰਮਾ ਵੱਖਰਾ ਹੋਇਆ, ਹੱਡੀਆਂ ਇਕੱਠੀਆਂ ਹੋ ਕੇ ਢਾਂਚਾ ਬਣਿਆ, ਢਾਂਚੇ 'ਤੇ ਮਾਸ ਚੜਿਆ, ਗੋਸ਼ ਚੜਿਆ, ਉੱਤੇ ਖਦੋ ਖਾਲ ਸੱਜੇ, ਮੁਰਦਾ ਜ਼ਿੰਦਾ ਹੋ ਗਿਆ, ਜ਼ਿੰਦਾ ਮਰ ਗਿਆ, ਮੁਰਦਾ ਜ਼ਿੰਦਾ ਹੋ ਗਿਆ, ਜ਼ਿੰਦਾ ਮਰ ਗਿਆ, ਮੁਰਦੇ ਦੀ ਕਿਹੜੀ ਕੈਫੀਅਤ, ਸੱਜੇ ਬੱਜੇ ਮੇਰਾ ਉੱਠ ਕੀ ਦੇ, ਅਹੁਦੇ ਬੱਜੇ ਮੇਰਾ ਉੱਠ ਕੀ ਦੇ, ਪੈਗਾਮ ਦੇਣਾ ਚਾਹੁੰਦਾ, ਅਹੁਦੇ ਬੱਜੇ ਮੇਰਾ ਉੱਠ ਕੀ ਦੇ, ਉਹ ਨਸ ਨਸ ਕੇ ਆਖੇ ਮੇਰਾ ਉੱਠ ਕੀ ਦੇ, ਬੰਦੇ ਅੱਗੇ ਸਲਮਾਨ ਤੇਰੇ ਮੇਰੇ ਨਾਲ ਗੱਲ ਹੀ ਦੇਸ ਕੀਤੀ, ਉੱਠ ਪਤਾ ਲੱਭਦਾ। ਫਰਮਾਇਆ ਪੈਗੰਬਰ ਦੀ ਹਦੀਸ ਨਹੀਂ ਆ ਸੁਣੀ, ਦੁਨੀਆਂ 'ਤੇ ਜਿਹੜਾ ਬੰਦਾ ਜਿਹੜਾ ਕੰਮ ਕਰਦਾ ਕਰਦਾ ਮਰ ਜਾਏਗਾ, ਜਦੋਂ ਦੁਬਾਰਾ ਬਹੁਤ ਸ਼ੁਕਰੀਆ ਉਠਾਇਆ ਜਾਏਗਾ, ਉਹ ਕੰਮ ਦੁਬਾਰਾ ਕਰਦਾ ਹੋਇਆ ਪਾਇਆ ਜਾਏਗਾ। ਜਦੋਂ ਇਹ ਬੰਦਾ ਮਰਿਆ, ਇਹਦਾ ਉੱਠ ਮਾਈ ਉੱਠ ਲੱਭਦਾ ਲੱਭਦਾ, ਇਹ ਬੰਦਾ ਮਰ ਗਿਆ, ਅੱਜ ਕਬਰ 'ਚੋਂ ਉਠਾਇਆ ਗਿਆ ਅਤੇ ਦੁਬਾਰਾ ਉੱਠ ਪਤਾ ਲੱਭਦਾ। ਅਤੇ ਸ਼ੀਆ ਸਦਵੈਨੇ ਅਤੇ ਕਦੀ ਵੀ ਮੌਲਵੀ ਤੋਂ ਪੁੱਛ ਪੁੱਛ ਕੇ ਮੌਲਾ ਨਾ ਮਨ, ਆਪਣੇ ਸਾਹਾਂ ਦੀ ਉਤਾਰ ਚੜਾਅ 'ਚ ਨਾਮੇ ਅਲੀ ਵਸਾ, ਅਲੀ ਨੂੰ ਇੱਕ ਨਿਮਾਜ਼ ਤੱਕ ਮਹਿਦੂਦ ਨਾ ਕਰ ਲੈ, ਤੇਰਾ ਸਾਹ ਉੱਤੇ ਹੋਵੇ ਤੇ ਯਾ ਅਲੀ, ਤੇਰਾ ਸਾਹ ਥੱਲੇ ਹੋਵੇ ਤੇ ਯਾ ਅਲੀ, ਅਲੀ ਅਲੀ ਦੀ ਤਸਵੀ ਪੜਦਾ ਤੂੰ ਦੁਨੀਆਂ ਤੋਂ ਟੁਰ ਜਾਵੇ, ਜਦੋਂ ਕਬਰ 'ਚ ਉਠਾਇਆ ਜਾਵੇ ਤੇ ਬੰਦੇ ਆਕੜ ਮੇਰਾ ਉੱਠ ਕੇ ਦੇ, ਤੂੰ ਫਰਿਸ਼ਤੇ ਨੂੰ ਆਖੇ ਮੇਰਾ ਅਲੀ ਕਿੱਥੇ, ਮੇਰਾ ਮੌਲਾ ਕਿੱਥੇ, ਮੇਰਾ ਬਾਦਸ਼ਾਹ। ਅੱਲਾਹ ਤਾਲਾ ਬਾਸ ਦੇ ਬਾਬਾ ਦੀ ਵਿਲਾਇਤ ਤੇ ਕਾਇਮ ਰਹਿਣ ਦੀ ਤੌਫੀਕ ਦੇ, ਇਸ ਤੋਂ ਵੱਡਾ ਇਜ਼ਾਜ਼ ਹੀ ਕੋਈ ਨਹੀਂ, ਇਸ ਤੋਂ ਵੱਡਾ ਅਜਰ ਹੀ ਕੋਈ ਨਹੀਂ। ਲਓ ਜੀ, ਤਵੱਜੋ ਤੁਹਾਡੀ ਬਹਾਲ ਹੋ ਗਈ, ਮੈਂ ਕੋਈ 17-18 ਮਿੰਟ ਬਦਲ ਪੜ੍ਹੀ ਖਲੋਤਾ, ਜਿਹੜਾ ਹੁਕਮ ਹੈ ਉਹ ਪੂਰਾ ਕਰੀਏ। ਹਰ ਅਜ਼ਾਦਾਰ ਸ਼ਾਮਿਲ ਹੋਵੇ, ਚਲਦੀ ਰਹੇ ਲਾਈਟ, ਜਿਸ ਟਾਈਮ ਮੈਂ ਵੈਨ ਕਰਨਾ ਹੋਵੇ ਮਾਮਲ ਕਰੀ ਪਵਣ, ਉਸ ਟਾਈਮ ਤੁਸੀਂ ਬੁਝਾ ਲਵੇ, ਮਾਮਲ ਬਰਾਮਦ ਹੋਣੇ ਔਰ ਮਾਮਲ ਉਹ ਜਿਹੜੇ ਵਤਨ ਤੋਂ ਅਬਾਸ ਲੈ ਕੇ ਤੁਰਿਆ, ਸ਼ਾਮੇ ਗਰੀਬਾਂ ਮੁਸਲਮਾਨਾਂ ਸਿਰਫ ਚਾਦਰਾਂ ਨਹੀਂ ਲੁੱਟੀਆਂ, ਸਾਦਾਤ ਦੇ ਮਾਮਲ ਵੀ ਲੁੱਟ ਲਏ। ਆਵਾਜ਼ ਦਾ ਲੁੱਤ ਨਹੀਂ ਪਿਆ ਹੁੰਦਾ ਮੇਰਾ ਸੋਹਣਾ, ਥੋੜ੍ਹੀ ਆਵਾਜ਼ ਹਲਕੀ ਕੋ ਕਰਕੇ ਵਧਾਨ, ਪਤਾ ਹੀ ਵੀ ਕਿੱਥੇ ਕਰਨਾ। ਸ਼ਾਮੇ ਗਰੀਬਾਂ ਮੁਸਲਮਾਨਾਂ ਜ਼ਵਾਰਨੀ ਫਕਤ ਔਰ ਫਕਤ ਚਾਦਰਾਂ ਨਹੀਂ ਲੁੱਟੀਆਂ, ਸਾਦਾਤ ਦੇ ਮਾਮਲ ਵੀ ਲੁੱਟ ਲਏ। ਜਿਹੜੇ ਬੰਦੇ ਨੇ ਗੱਲ ਦੀ ਨਹੀਂ ਸਮਝ ਆਈ, ਮੈਂ ਉਸ ਬੰਦੇ ਨੂੰ ਸਮਝਾਉਣ ਦੀ ਕੋਸ਼ਿਸ਼ ਕਰਨਾ। ਇੱਕ ਹੈ ਸ਼ਾਮੇ ਗਰੀਬਾ ਔਰ ਇੱਕ ਹੈ ਸੁਬਹੇ ਗਰੀਬਾ। ਦੋ ਮੁਹਰਮ ਨੂੰ ਮਸ਼ਰਾ ਜੋ ਤੁਹਾਡੇ ਕੋਲ ਪੜਿਆ, ਮੈਂ ਤੈਨੂੰ ਦੱਸਿਆ ਜੋ ਅਲੀ ਦੀ ਧੀ ਲੱਖੀ ਕਿਵੇਂ ਰਹੀ, ਅੱਜ ਕੁਦਰਤੀ ਇਹ ਰੰਗ ਬਣ ਗਿਆ ਜੋ ਮਦਲਸ ਦਾ ਉਰਬਾਨ ਵੀ ਐਸਾ ਹੈ। ਅੱਜ ਮੈਂ ਤੈਨੂੰ ਦੱਸਣਾ ਜੋ ਬਾਜ ਗਾਜੀ ਦੇ ਅਲੀ ਦੀ ਧੀ ਚੜੀ ਕਿਵੇਂ ਹੈ। ਹੰਡ ਦਾ ਤਲਕ ਜ਼ਾਕਰ ਦੇ ਪੜ੍ਹਨ ਨਾਲ ਤਾਂ ਕੋਈ ਨਹੀਂ ਹੁੰਦਾ, ਹੰਡ ਦਾ ਤਲਕ ਤੇ ਬਤੂਲ ਦੇ ਰੁਮਾਲ ਨਾਲ ਹੁੰਦਾ। ਜਿਹੜੀ ਅੱਖ ਥੱਲੇ ਰੁਮਾਲ ਆ ਗਿਆ ਦਵਰਜੀ ਹੰਡ ਮਲਕਾ ਸ਼ਾਮ ਖੁਦ ਅਤਾ ਕਰਦੇ। ਮੇਰੀ ਤੇ ਕੋਸ਼ਿਸ਼ ਹੈ ਮੈਂ ਕਰਬਲਾ ਦੇ ਦਰਦ ਵਿੱਚ ਕੁਰਲਾਵਾਂ, ਮੰਗਣਾ ਤੇ ਤੂੰ ਆਪੇ ਸ਼ਾਮੇ ਗਰੀਬਾ। ਐਡਾ ਵਸੀ ਮੌਜੂ ਹੈ ਬਈ ਜਿਸ ਨੂੰ ਪੜ੍ਹਦਿਆਂ ਪੜ੍ਹਦਿਆਂ ਇਨਸਾਨ ਦੀ ਜ਼ਿੰਦਗੀ ਮੁੱਕ ਸਕਦੀ ਹੈ ਅਤੇ ਮਸਾਇਬ ਨਹੀਂ ਮੁੱਕ ਸਕਦੇ। ਦੋ ਗੱਲਾਂ ਜੋ ਹੁਕਮ ਹੈ ਮਲਕ ਸਾਹਿਬ ਦਾ ਉਹ ਮੈਂ ਪੂਰਾ ਕਰਨ ਦੀ ਕੋਸ਼ਿਸ਼ ਕਰਦਾ। ਇੱਜ਼ਤਦਾਰ ਅਜ਼ਾਦਾਰਾ ਕਰਬਲਾ ਦੇ ਟਿੱਬੇ 'ਤੇ ਮੈਂ ਇੱਥੋਂ ਸ਼ੁਰੂ ਕਰਦਾ। ਅਰਬ ਵਿੱਚ ਜੰਗਾਂ ਹੋਈਆਂ, ਬੜੀਆਂ ਜੰਗਾਂ ਹੋਈਆਂ, ਬੜੀਆਂ ਜੰਗਾਂ ਹੋਈਆਂ, ਲੇਕਿਨ ਕਰਬਲਾ ਦੀ ਜੰਗ ਅਰਬ ਦੀ ਐਡੀ ਤੇਜ਼ ਅਤੇ ਤਰੀਖੀ ਜੰਗ ਹੋਈ। ਦੇ ਚੜਿਆ ਅਤੇ ਸ਼ੁਰੂ ਹੋਈ, ਦੇ ਲੱਥਾਂ 'ਤੇ ਮੁੱਕ ਗਈ, ਕਿਸੇ ਦੀ ਅਜ਼ਾਨ ਤੋਂ ਸ਼ੁਰੂ ਹੋਈ, ਕਿਸੇ ਦੇ ਸਰਦੇ 'ਤੇ ਮੁੱਕ ਗਈ। ਹਾਏ ਰੇ ਨਿਕਲ ਸਕੀ ਅਤੇ ਮੈਂ ਜੁਮਲਾ ਅਗਲਾ ਅੱਖਾਂ ਅਕਬਰ ਦੀ ਮਰਜ਼ੀ ਤੋਂ ਸ਼ੁਰੂ ਹੋਈ। ਸਾਰੇ ਹਾਏ ਕਰੋ ਚਾਹ ਹਾਏ ਤੇ ਕੁਝ ਨਹੀਂ ਲੱਗਦਾ, ਆਲੀਆ ਦੀ ਚਾਦਰ 'ਤੇ ਮੁੱਕ ਗਈ, ਕਾਸਮ ਦੇ ਸਿਹਰਿਆਂ ਤੋਂ ਸ਼ੁਰੂ ਹੋਈ, ਹੁਸੈਨ ਦੀ ਧੀ ਦੇ ਦਾਜ 'ਤੇ ਮੁੱਕ ਗਈ। ਪੂਰੇ ਮੁਲਕ ਦੇ ਹਰ ਮੈਂਬਰ 'ਤੇ ਮੈਂ ਜੁਮਲਾ ਕਿਹਾ, ਕਈ ਵਾਰੀ ਤੁਹਾਡੀਆਂ ਮਜਲਸਾਂ ਦੇ ਮੇਰੇ ਸੁਣਾ ਚੁੱਕਿਆ, ਮੈਂ ਪੜ੍ਹਦਾ ਪਿਆ ਹੀ ਮੌਲਵੀ ਕਰਾਮਤ ਮੇਰੇ ਦਾਮਨੇ 'ਚ ਹੱਥ ਪਾ ਕੇ ਆਦਾ ਗੁਲਾਮ ਬਸ ਕੀ ਆਖੀਏ ਮੈਂ ਕਿ ਅਕਬਰ ਦੀ ਵਰਛੀ ਤੋਂ ਸ਼ੁਰੂ ਹੋਈ, ਆਲੀਆ ਦੀ ਚਾਦਰ 'ਤੇ ਮੁੱਕ ਗਈ। ਮੌਲਵੀ ਮੂੰਹ 'ਤੇ ਪਿੱਟ ਕੇ ਆਦਾ ਨਜਮੇ ਨੂੰ ਦੱਸ, ਗਾਦੀ ਦੀ ਚੁੱਪ ਤੋਂ ਸ਼ੁਰੂ ਹੋਈ, ਸਕੀਨਾ ਦੇ ਦੁਰਾਂ 'ਤੇ
راج نہ روسے تے قدر روسے جو حکم ہے کوشش کرتا خیرات علی مجلس سے میں دو سطرہ پڑھا کے ایک وین تیرے تک پہنچا سکا ہائے کر کرو بنا لے عزادار بزرگاں دی ذاکری لے کے جملہ ہے میں چلو پڑھ دیواں پہلے لٹیا نے لٹ کے جڑیاں زخمی بیبیاں ہاں جڑیاں زخمی بیبیاں ہاں بات انہاں تو سامان کھون واسطے ایڈیاں زخمی کیتیاں نے جو شام تائیں کسے بیبی دی وی سر دی تطہیر نہیں روکی ادب دی سمجھ نہ آئی ہوگی تے میں جملہ تبدیل کر کے تیرے حوالے کراں کربلا دے ٹبے تے دو کم مسلماناں واسطے بڑے اوکھے ہن تے مسلماناں کیتے وی ہس ہس کے نے پہلا کم حسین ذبح کرنا دوجی گل اتنے تیری ہائے نہ نکلی تے میرا رمان لگے گا پہلا کم خان جی حسین ذبح کرنا پہلا کم حسین ذبح کرنا اور دوجا کم میرے الویک سو تے میں آکھاں تے ستر پہلا کم حسین ذبح کرنا تے دوا کم زینب نو لٹنا اور اے دوویں کم مسلماناں کیتے ہس ہس کے نے تیرہ ضربہ تے گل مک جاندی اسی نہ روندے تیرہ ضربہ دے بعد ایک چودھویں ضرب بھی چلی ہے اللہ کرے یار دی مجلس سے بزرگ بندہ چودھویں ضرب سمجھا لوا کربلا پتہ کینوں آدے نے کربلا کئی بڑیاں تے کئی بڑسڑ میں نے ویکھن دی کوشش کریا مولا کٹ کے کربلا تے غور کرو دکھ کئی بڑے اے اج وی مجلس سے گریا بلند ہوئے تے بندہ آدے یار اندا تے کربلا بنا دتی ہے اکثر اوقات دے وچ جتھے دو جنازے پئے ہون تے بندے آدے یار کربلا بنی پئی ہے کربلا کئی بڑیاں تے کئی بڑسڑ میرے قران دی قسم ہے شام غریبا ایک ہوئے اللہ جڑے کیڑا آزادار ہے جڑا ہائے نہ کرے کربلا اون وعدے جتھے مرد قتل ہوڑ جملے تے تیری ہائے نہ نکلی میرا رمال لگسی شام غریبا اون وعدے جتھے مستورا قتل ہوڑ جڑے بندے نے ماتم دا بل نہیں آیا ایک رخ ہے بس عیب دا جے میں تین سمجھا سکیا اور ان آزادارا دی ڈھا نہ نکلی تے وقت اپنا نصیب قرآن لیا رکھ میرے سر تے بار میں ہادی دا فرمان ہے اس ستر سمجھیا ہے جو انج رنے کرو ہر مجلس دے ویر جدو یارہ محرم والی رات شام غریبا دے بعد ساڈی چمٹ پردہ دار ہوندی ہے ذرا گوڑیاں چ سر چاؤ تے بنو موکانی تیرے مزاج تو واقف ہے گل میں تھوڑے من میں تو پوچھنا اے شام غریبا دی رات بارما دے انج رو جویں چمٹ پردہ دار ہوندی ہے وطن تو 120 دنیا نہیں سمجھ آئی ہر بندے نو جو میں کیا کہ ہے وطن تو 120 ٹریا ہن کربلا دے ٹپے تے دے دامی تائی 120 ہن دی نہیں اڈے تائی ہائے نکلی خدا گواہ تے لاندا پیا ہائے تے 120 ہن اے ایک گھنٹے بعد بار وندے ویاڑ پیا آندا ہے بھی اے جے رندے کرو جیوے چمٹ پردہ دار رہندی ہے کدی پوچھ تے صحیح ادا دارا خدا گواہ علماء تو انہاں بندیاں تو پوچھ جنہاں دے ایتھے قبر حسین ہر وقت حاضر ہے اے اگ دے میرے ہاشم دی 56 مستور کیڑے پاسے گئی ہے اللہ کرے بارما آوے تے تیرے چراغ کھلے جو 56 مستور کیڑے پاسے گئی ستر سمر سے میں وین دے تن قریب کرا ہائے کر کے روبن والے عزادار پوری رات علی دیاں دھیاں وین کر دیا بھائیاں پوری رات میں شام غریبا تن کئی واری سنائیے مضمون دا کروف وٹا کے پڑھنا چاہنا اے ہے شام غریبا وقتے کے صبح غریبا جیڑی اج بھی کربلا دے وچ منائی جاندی ہے صبح غریبا شام غریبا لٹین علی رات اور صبح غریبا ہر بندہ میرے ال ویکھے میں جملہ کہاں صبح غریبا او کیڑا ٹائم آئی صبح غریبا او ٹائم آئی جتو ظالما ایک زیورا دی گڈڑی چا کے سجاد دے ہاتھ تے رکھیے تیر سمجھ آئیے میری گل دی تیاد ہے لے جا تے جا کے ماما نہ پوا مکان بلند ہو گئی گریہ بلند ہو گیا ہر اندادار وین ضرور کر سی جا کے ماما نہ پوا پھر نہیں سمجھ آئی تے تیرا نصیب تے مقدر ہے گڑڑی چاہ کے سجاد ہوتے آیا جتے علی دی دی گئی بڑی سطر دے میرے مذہب علی کے فیتے کولا کے سجاد گڑڑی کھولیے میری سیڑ انہا زیوراں نو ویکھیا جڑے زیور مجرم پہندے ہیں
ਜੇ ਨਹੀਂ ਸਮਝ ਆਈ ਉਹਦਾ ਮੁਕੱਦਰ ਹੈ। ਉਹਨਾਂ ਜ਼ੇਵਰਾਂ ਨੂੰ ਵੇਖਿਆ ਜਿਹੜੇ ਜ਼ੇਵਰ ਕਮ ਅਜ਼ ਕਮ ਮੁਜਰਮ ਫਿਰਦੇ ਹਨ। ਜ਼ੇਵਰ ਚਾ ਕੇ ਇੱਥੇ ਇੱਕ ਬਜ਼ੁਰਗ ਜ਼ਾਕਰੀ ਦਾ ਜੁਮਲਾ ਹੈ, ਦਰਖਾਂ ਹੈ ਹੀ ਬੜਾ ਅਸਰ ਅਲਾ ਦੀਨ ਜੁਮਲਾ। ਹੱਥਾਂ ਦੇ ਵਿੱਚ ਜ਼ੇਵਰ ਚਾ ਕੇ ਅਲੀ ਦੀ ਧੀ ਜ਼ੇਵਰ ਨੂੰ ਵੇਖ ਕੇ ਤੇ ਰੋ ਰੋ ਕੇ ਪਿਆ ਦੀਏ, ਸਜਾਦ ਮੈਨੂੰ ਦੱਸ ਇਹਨਾਂ ਨੂੰ ਆਦੇ ਕੇ ਹੈ। ਭਲਾ ਵੀਰ ਦੀ ਹਾਇ ਨਿਕਲ ਆਈਏ, ਭਲਾ ਵੀ ਇਹਨਾਂ ਨੂੰ ਆਦੇ ਕੇ ਬੈਣ ਬੁਲੰਦ ਹੋਇਆ, ਹਕਲ ਮਾਰ ਕੇ ਆਦੇ ਜ਼ੇਵਰ ਨੇ। ਹੁਣ ਜ਼ੇਵਰਾਂ ਤੇ ਦੀਦ ਪਈਏ, 11 ਮੁਹਰਮ ਦੀ ਸੁਬੇ ਗਰੀਬਾ ਪੇ ਪੜਦਾ, ਹੱਥਾਂ ਚਾ ਕੇ ਆਦੀ ਵੇ ਨਹੀਂ ਪੀ ਸਮਝ ਆਦੀ, ਪਹਿਲੇ ਮੈਂ ਅਕਬਰ ਦੀ ਮਾਨ ਪਵਾਵਾਂ, ਪਹਿਲੇ ਮੈਂ ਕਾਸਮ ਦੀ ਮਾਨ ਪਵਾਵਾਂ, ਪਹਿਲੇ ਮੈਂ ਅਸਗਰ ਦੀ ਮਾਨ ਪਵਾਵਾਂ, ਮਾਤਮੀ ਲਿਬਾਸ ਜੋ ਮੌਜੂਦ ਹੋ ਨਹੀਂ ਪੀ ਸਮਝ ਲੱਗਦੀ, ਪਹਿਲੇ ਕਿਨ ਪਵਾਵਾਂ, ਤੇਰੀ ਹਾਏ ਨਾ ਨਿਕਲੀ ਮੇਰਾ ਰਮਾਨ ਲਗਸੀ। ਸਭ ਤੋਂ ਪਹਿਲੇ ਅਲੀ ਦੀ ਧੀ ਦੇ ਕਦਮਾਂ ਤੇ ਚਾਰ ਹੱਥ ਆਏ ਨਾ, ਗਿਸਣੀਆਂ ਵਧਾ ਕੇ ਆਦੀਆਂ ਸਨ, ਪਵਾ ਅਸੀਂ ਤੇਰੇ ਨੌਕਰ ਗਾਦੀ ਦੀਆਂ ਧੀਆਂ। ਜਿਹਨੇ ਮਾਤਮ ਦਾ ਵੱਲ ਨਹੀਂ ਆਇਆ, ਯਾ ਉਹ ਅਮੀਰੇ ਯਾ ਨੂੰ ਸਮਝ ਨਹੀਂ ਆਈ, ਅਸੀਂ ਤੇਰੇ ਨੌਕਰ ਗਾਦੀ ਦੀਆਂ ਧੀਆਂ। ਅਲੀ ਦੀ ਧੀ ਦਾ ਮੱਥਾ ਬਜ਼ੁਰਗ ਮਾਤਮ ਕਰਨ ਵਾਲੇ ਕਰਮਲਾ ਦੀ ਖਾਕ ਤੇ ਲੱਗੇ ਤੇ ਰੋ ਰੋ ਕੇ ਆਦੀ, ਇਹ ਕਿੱਥੋਂ ਦਾ ਕਾਨੂੰਨ ਹੈ, ਪਿਓ ਅਬਾਸ ਹੋਵੇ ਤੇ ਧੀਆਂ ਕੈਦਣੀ ਹੋਵੇ। ਰੁਨੇ ਹੋ ਮੈਂ ਸਾਰੇ ਰਲ ਕੇ, ਸਾਰੇ ਰਲ ਕੇ ਰੁਦੇ ਹੋ, ਮੇਰਾ ਸਾਹ ਚੰਗਾ ਨਾ ਰੋਕੇ, ਅੱਲਾ ਇਸਤਾ ਦੇਵੀ ਤੇ ਮੈਂ ਵਹਿਣ ਸੰਭਾਲ ਕੇ ਕਰਨਾ ਚਾਹਾਂ, ਕਿੱਥੋਂ ਦਾ ਕਰ ਕਰੇ ਪਿਓ ਅਬਾਸ ਹੋਵੇ ਧੀਆਂ ਕਹਿਣੀ ਹੋਵਣ। ਹੱਥਾਂ ਚ ਜ਼ੇਵਰ ਹਰ ਕਿਸੇ ਨੂੰ ਪਵਾਏ, ਹਰ ਕਿਸੇ ਨੂੰ ਜ਼ੇਵਰ ਪਵਾਏ, ਦੋ ਜ਼ੇਵਰ ਬਚ ਗਏ। ਅਲੀ ਦੀ ਧੀ ਹੱਥ ਵਧਾਏ, ਮੈਨ ਵੇਖੋ ਮੈਂ ਜੁਮਲਾ ਕਾ, ਅੰਮਾ ਮੈਨ ਪਵਾ, ਅੰਮਾ ਮੈਨ ਪਵਾ, ਜਲਦੀ ਨਾ ਲਾਲਚ ਸੁਭੇ ਜੀ, ਮੈਨੂੰ ਵਹਿਣ ਦੀ ਸਤ ਰੱਖਣ ਦਿਓ, ਮਾਹੌਲ ਨਾ ਤਬਾਹ ਕਰਿਆ, ਮੈਨ ਪਵਾ। ਜਦੋਂ ਆਖਿਆ ਅੰਮਾ ਮੈਨ ਪਵਾ, ਆਦੀ ਕਿੱਥੋਂ ਦਾ ਕਾਨੂੰਨ, ਕਦੀ ਮਾਵਾਂ ਵੀ ਧੀਆਂ ਨੂੰ ਜ਼ੇਵਰ ਪਵਾਏ। ਹੁਣ ਮੇਰੇ ਵਾਲੇ ਵੇਖਿਆ ਐਨ ਕਰਕੇ, ਹੁਣ ਬਿਸਮਿਲਲਾ ਪੜ੍ਹ ਕੇ ਸ਼ਹਿਜ਼ਾਦੀ ਦੇ ਸਾਹਮਣੇ ਫਿਜ਼ਾ ਹੱਥ ਵਧਾਏ, ਫਰਮਾਇਆ ਮੈਨ ਪਵਾ, ਕਿੱਥੋਂ ਦਾ ਕਾਨੂੰਨ ਹੈ, ਕਦੀ ਧੀਆਂ ਵੀ ਮਾਵਾਂ ਨੂੰ ਜ਼ੇਵਰ ਪਵਾਏ। ਮੇਰੇ ਵਾਲੇ ਵੇਖੋ ਨਾ, ਧੀਆਂ ਵੀ ਮਾਵਾਂ ਨੂੰ ਜ਼ੇਵਰ ਪਵਾਏ, ਤੁਹਾਡੀ ਨਿਕਲੀ ਹੈ ਢਾ। ਮੈਂ ਅਗਲਾ ਜੁਮਲਾ ਮੈਂ ਸਾਹਿਬ ਦਾ ਤੇਰੇ ਹਵਾਲੇ ਕਰਨਾ ਚਾਹੁੰਦਾ, ਥੋੜ੍ਹੀ ਜਿਹੀ ਦੇਰ ਗੁਜ਼ਰੀਏ। ਹਰਾਮ ਜ਼ਾਦੇ ਇੱਕ ਕਲਮ ਚਾਇਆ, ਸੱਜਾਦ ਦੀ ਕੰਢ ਪਿੱਛੇ ਆਇਆ, ਇਸ ਹਰਾਮ ਜ਼ਾਦੇ ਕਰਬਲਾ ਦਾ ਟੁਰਨਾ ਅਲੀ ਦੀ ਧੀ ਦਾ ਲਿਖਣਾ ਸ਼ੁਰੂ ਕੀਤਾ। ਜੇ ਨਹੀਂ ਸਮਝ ਆਈ ਉਹਦਾ ਮੁਕੱਦਰ ਤੇ ਨਸੀਬ, ਇਹਨੇ ਤ੍ਰੀਜੀ ਸਤਰ ਨਸ ਲਿਖੀ ਜਾਂ ਮਾਸੂਮਾ ਭੱਜ ਪਈਏ। ਅਲੀ ਦੀ ਧੀ ਦੇ ਕਦਮਾਂ ਤੇ ਹੱਥ ਲਾ ਕੇ ਆਦੀਏ, ਜਿਸ ਵੀ ਜ਼ੇਵਰ ਪਾਣੇ ਨੇ ਜਲਦੀ ਪਾਓ, ਮੇਰਾ ਹਿੱਕੋ ਰਹਿ ਗਿਆ। ਲਾਦਾ ਦੇਰ ਗੁਜ਼ਰੀ ਏ, ਹਰਾਮ ਦਾਦੇ ਜ਼ੁਲਮ ਕਰੇ ਸਣ, ਜਿਸ ਵੀ ਪਾਵੜੇ ਨੇ ਜਲਦੀ ਪਾਓ, ਮੇਰਾ ਬੇਕੋ ਰਹਿ ਗਿਆ। ਵੇਖੇ ਮੈਂ ਜੁਮਲਾ ਆਖਣਾ ਚਾਹਨਾ, ਹੱਥਾਂ ਦੇ ਵਿੱਚ ਜ਼ੇਵਰ ਪਾ ਕੇ ਬਤਲੀ ਦੀਆਂ ਧੀਆਂ ਮੰਗੀ ਇਜਾਜ਼ਤ ਰੋਵਣ ਦੀ, ਕੰਸਰ ਪਹਿਲੇ ਕਰਨਾ ਚਾਹੀਦਾ ਹੀ। ਖੈਰ, ਹੱਥਾਂ ਦੇ ਵਿੱਚ ਜ਼ੇਵਰ ਪਾ ਕੇ ਨਵਾਰ ਦੀ ਅਲੀ ਦੀ ਧੀ ਇਜਾਜ਼ਤ ਮੰਗੀ ਰੋਵਣ ਦੀ, ਬਤ ਮੇਰੀ ਚਨਿਉਟੀ ਦੀ ਸਤਰ ਤੇ ਆ ਗਈ ਹੈ ਮੇਰੇ ਜ਼ੇਰ, ਅਗਰ ਤੁਸੀਂ ਸਮਝ ਜਾਓ ਤਾਂ ਮੈਂ ਜ਼ਰੂਰ। ਨਹਿਰ ਤਾਈ ਬਤੂਲ ਦਾ ਕੁਰਾਨ ਬਿਖਰਿਆ ਹੋਇਆ ਹੈ, ਨਹਿਰ ਤਾਈ ਬਤੂਲ ਦਾ ਕੁਰਾਨ ਬਿਖਰਿਆ ਹੋਇਆ ਹੈ ਬਾਈ ਜਨ, ਬਿਖਰੇ ਹੋਏ ਕੁਰਾਨ ਨੂੰ ਅਲੀ ਦੀ ਧੀ ਡਿੱਠਾ ਤੇ ਮੇਰੀ ਸਹਿਣ ਇੱਕ ਗੱਲ ਕੀਤੀ, ਬੀਬੀ ਅਦੀ ਮਕਤਲ ਦੇ ਸੋਨੇ ਵਾਲੋ ਜਾਗੋ ਤੋਂ ਮੈਂ ਬਤਾਊ, ਇੱਕ ਵਾਰੀ ਤੁਹਾਡੇ ਕੋਲ ਚੋਂ ਸਾਡੀ ਹਾਇ ਜ਼ਰੂਰ ਨਿਕਲੇ, ਮਕਤਲ ਦੇ ਸੋਨੇ ਵਾਲੋ ਜਾਗੋ ਤੋਂ ਮੈਂ ਬਤਾਊ, ਬਸ ਇਤਨਾ ਪੁੱਛਦੀ ਹੂੰ, ਕਿਆ ਮੈਂ ਵੀ ਸ਼ਾਮ ਜਾਊ। ਸ਼ਾਬਾਸ਼ 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 ਤੇਰੇ ਹਾਇ ਕਰਨ ਤੋਂ ਸਦਕੇ ਬਈ, ਬਸ ਇਤਨਾ ਪੁੱਛਦੀ ਹੋ, ਕਿਆ ਮੈਂ ਵੀ ਸ਼ਾਮ ਜਾਊਂ। ਇਹ ਸਤਰ ਤੁਹਾਡੇ ਹਿੱਸੇ ਦੀ ਨਹੀਂ, ਇਹਨਾਂ ਪਰਦੇਦਾਰਾਂ ਦੇ ਹਿੱਸੇ ਦੀ ਹੈ। ਪੂਰਾ ਮੇਰੇ ਵੱਲ ਵੇਖਿਆ, ਰੋ ਕੇ ਆਦੀ, ਬਸ ਇਤਨਾ ਪੁੱਛਦੀ ਹੋ, ਕਿਆ ਮੈਂ ਵੀ ਸ਼ਾਮ ਜਾਊਂ। ਆਏ ਨਾ ਨਿਕਲੀ ਤੇ ਰਮਾਨ ਲਗਸੀ, ਹਾਥੋਂ ਮੈਂ ਸਰ ਕੇ ਬਾਲੋ ਕੋ ਲੈ ਕੇ ਸੋਚਤੀ ਹੂੰ, ਲਾਸ਼ੋਂ ਕੋ ਇਨਸੇ ਢਾਂਪੂ ਯਾ ਆਪਣਾ ਮੂੰਹ ਛੁਪਾਓ। ਗੱਲ ਮਾਤਮ ਵਾਲੀ ਆਈ ਤੇ ਤੈਨੂੰ ਕਰਨਾ ਚਾਹੀਦਾ ਹੀ, ਜੇ ਗੱਲ ਮਾਤਮ ਵਾਲੀ ਨਾ ਆਈ ਤੇ ਤੇਰਾ ਵੀ ਨਸੀਬ ਤੇ ਮੇਰਾ ਵੀ ਮੁਕੱਦਰ, ਲਾਸ਼ੋਂ ਕੋਈ ਨਿਸੇ ਡਾਂਪੋ ਜਾਂ ਆਪਣਾ ਮੂੰਹ ਛੁਪਾਓ। ਜਿਹੜੇ ਬੰਦੇ ਦੀ ਉਹ ਯਾਰ ਖੁਦਾ ਗਵਾਏ, ਬੰਦੇ ਆਦੇ ਨੇ ਜ਼ਾਕਰ ਸਕਤ ਪੜਦੇ ਨੇ, ਜ਼ਾਕਰ ਕਿਹੜੀ ਜਾਤ ਤੂੰ ਸਕਤ ਪੜਦੇ ਨੇ, ਮਸਹਿਬ ਹੈ ਹੀ ਕਿਹੜਾ ਔਖਾ, ਇਸ ਜਾਤ ਤੇ ਲਿਆਉਣਾ ਚਾਹੀਦਾ ਹੀ। ਹੁਣ ਮੈਂ ਜ਼ਬਾਨ ਦੀ ਜੁਮਲਾ ਆਖਣਾ ਚਾਹੁੰਦਾ, ਜਿਹੜਾ ਬੰਦਾ ਸ਼ੀਆ ਤੇ ਘਰ ਸ਼ੀਆਂ ਦੇ ਜੰਮਿਆ ਤੇ ਹੱਥ ਰੱਖਦਾ ਤੇ ਬੈਠਾ ਸਭ ਤੇ, ਉਹਨੂੰ ਪਤਾ ਮਾਮਲ ਬਰਾਮਦ ਹੋਣੇ, ਉਸ ਬੰਦੇ ਮਾਤਮ ਨਾ ਕੀਤਾ ਮੈਨੂੰ ਅਰਮਾਨ
ਜਵਾਨ ਲੱਗ ਸੀ 9 ਘੰਟੇ ਲੱਗੇ ਨੇ ਸ਼ਬੀਰ ਦੇ ਤੌਹੀਦ ਬਚੈ ਦਿਆ ਲਿਆ ਕੁਰਾਨ ਰੱਖ ਮੇਰੇ ਸਿਰ ਤੇ 1.5 ਸਾਲ ਲੱਗੇ ਜ਼ੈਨਬ ਦਾ ਹੁਸੈਨ ਬਚੈ ਦਿਆ ਜਿਹਦਾ ਮਾਤਮ ਦਾ ਵੱਲ ਨਹੀਂ ਆਇਆ ਉਹਦਾ ਮੁਕੱਦਰ ਏ ਉਹਦਾ ਆਪਣਾ ਨਸੀਬ ਏ 1.5 ਸਾਲ ਲੱਗੇ ਜ਼ੈਨਬ ਦਾ ਹੁਸੈਨ ਬਚੈ ਦਿਆ ਮੈਨੂੰ ਯਾਦ ਏ 2010 ਦੀ ਗੱਲ ਆਈ ਸਰਗੋ ਦੇ ਮਜਲਿਸ ਪੜਦਿਆ ਸ਼ਹੀਦ ਏ ਵਿਲਾਇਤ ਸਰਕਾਰੇ ਅਲਾ ਭਜਨ ਮਜਮੇ ਦੇ ਸਾਹਮਣੇ ਹੱਥ ਬਨ ਕੇ ਆਦੇ ਨੋਸ਼ੀਆਂ ਮਜਲਸ ਮੁੱਕ ਜਾਵੇ ਤੇ ਚੌਕਾਂ ਤੇ ਖਲੋ ਕੇ ਨਾ ਕਿਆ ਕਰੋ ਮੈਂ ਜ਼ਾਕਰ ਸੰਗਤ ਪੜਦੇ ਨੇ ਇੱਕ ਵਾਰੀ ਅਲਮ ਥੱਲੇ ਕੱਲੇ ਬਹਿ ਕੇ ਸੋਚਿਆ ਜ਼ਬਾਰ ਜੀ ਇਹ ਘਟਮ ਸਾਹਿਬ ਏ ਜਿਸ ਚਾਦਰ ਦੀਆਂ ਅੱਲਾ ਕਸਮਾਂ ਚਾਹੀਦਾ ਹਾਈ ਪੂਰਾ 1.5 ਸਾਲ ਉਹ ਕਦੀ ਕਿਸੇ ਕਾਤਲ ਦੇ ਹੱਥ 'ਚ ਰਹੀਏ ਕਦੀ ਕਿਸੇ ਕਾਤਲ ਦੇ ਹੱਥ 'ਚ ਰਹੀਏ ਬੰਦੇ ਵੀ ਖਾ ਕੇ ਆਦੇ ਰ ਚੌਥਾ ਇਨਾਮ ਦੇ ਇਹੋ ਬੁਰਕੈ ਜਿਹਦਾ ਗਾਦੀ ਭਾਰੇ ਦਾ ਗਿਰੀਆ ਬੁਲੰਦ ਹਰ ਆਜ਼ਾਦਾਰ ਦਾ ਹੋਵੇ ਭਾਈ ਮਾਤਮ ਬੁਲੰਦ ਹਰ ਆਜ਼ਾਦਾਰ ਦਾ ਹੋਵੇ ਮੈਂ ਬੈਠ ਦੀ ਸੱਤਰ ਦੇ ਕਰੀਬ ਆ ਗਿਆ ਉਹ ਹਾਏ ਕਰਕੇ ਰੋਵਣ ਵਾਲੇ ਆਜ਼ਾਦਾਰ ਪੁੱਛਿਆ ਫਿਰਾ ਦੇ ਕਾਤਲ ਤੂੰ ਜੇ ਤੂੰ ਆਖੇ ਤੇ ਮੈਂ ਰੋਵਾਂ ਨਹੀਂ ਸਮਝੇ ਚਾਹੀ ਗੱਲ ਜੇ ਤੂੰ ਆਖੇ ਤੇ ਮੈਂ ਰੋਵਾਂ ਕਮੀਨਿਆਂ ਦਿਨ ਇੱਕ ਵੈਣ ਸਾਰਿਆਂ ਸੁਣੀਏ ਗੱਲ ਕਿਤਨੇ ਇੱਕ ਵੈਣ ਫਿਰਾ ਅਲੀ ਦੀ ਧੀ ਦੇ 9 ਚਾਰ ਫਿਰਾ ਇਸ ਪਾਸੇ ਚਾਰ ਫਿਰਾ ਇਸ ਪਾਸੇ ਤੇ ਜਿਹੜਾ ਚੌਖਾ ਪਿਆਰਾ ਹਾਈ ਉਹ ਹਾਈ ਪੱਥਰਾਂ ਦੇ ਨਕਾਬ ਥੱਲੇ ਉਹ ਮੈਂ ਸਦਕੇ ਉਹ ਪਵਾਂ ਚਹੁ ਇਹਨਾਂ ਨਾਲ ਵੇਖਿਆ ਚਹੁ ਇਹਨਾਂ ਨਾਲ ਵੇਖ ਕੇ ਪਿਆਦੀ ਹੈ ਵੈਣ ਮੈਂ ਹਿੱਕ ਕਰਨਾ ਉਹ ਮੈਂ ਸਦਕੇ ਹੋ ਜਾਵਾਂ ਕਰਨਾ ਮੈਂ ਹੁਸੈਨ ਨੂੰ ਵੇ ਵੈਣ ਮੈਂ ਹਿੱਕ ਕਰਨਾ ਕਰਨਾ ਮੈਂ ਹੁਸੈਨ ਨੂੰ ਵੇ ਵਕਤ ਲੱਭਿਆ ਤੇ ਤੁਹਾਡੇ ਵਾਸਤੇ ਕੌਮ ਖਲਕ ਕਰਕੇ ਜਾਸਾਂ ਆਪ ਰੋਸਾਂ ਚੇਲਮ ਤੋਂ ਬਾਅਦ ਉਹ ਕੌਮ ਰੋਸੀ ਤੁਹਾਨੂੰ ਲੇਕਿਨ ਦੱਸੋ ਮੈਂ ਵੈਣ ਸ਼ਬੀਰ ਦੇ ਨਾਂ ਦਾ ਸਾ ਕੱਢਾਂ ਖੁਦਾ ਗਵਾਏ ਚਹੁ ਦੀਆਂ ਲਾਸ਼ਾਂ ਇਸ ਪਾਸੋਂ ਉੱਠੀਆਂ ਚਹੁ ਦੀਆਂ ਲਾਸ਼ਾਂ ਇਸ ਪਾਸੋਂ ਉੱਠੀਆਂ ਕੱਪੀਆਂ ਹੋਈਆਂ ਰੱਗਾਂ 'ਚੋਂ ਆਵਾਜ਼ ਆਉਂਦੀ ਧੀ ਅਲੀ ਦੀ ਅਕਲ ਮਾਰ ਕੇ ਆਦੇ ਨਾਲ ਯਾ ਸਾਡੀ ਨਿਭ ਵੈਸੀ ਜੇ ਕੋਈ ਰੋਵਣ ਦੇਵੀ ਤੋਂ ਹੁਸੈਨ ਰੋ ਤੇਰੀ ਹਾਏ ਨਿਕਲੀਏ ਇੱਜ਼ਤਦਾਰ ਦਾਦਾਰਾਂ ਵਧਿਆ ਹੋਇਆ ਹੱਥਾਂ ਨਾਲ ਮੇਰੀ ਸੈਣ ਟੁਰ ਪਈਏ ਆ ਅੱਲਾ ਜਾਣੇ ਕਿਹੜਾ ਆਜ਼ਾਦਾਰ ਏ ਜਿਹੜਾ ਹੱਥ ਰੱਖੇ ਤੇ ਮਾਤਮ ਨਾ ਕਰੇ ਕਿਸੇ ਭੈਣ ਦਾ ਬਿਰਾ ਮਰ ਪਵੇ ਆ ਭੈਣ ਦੂਰ ਰਾਂਦੀ ਹੋਵੇ ਕੁਰਾਨ ਗਵਾਏ ਲੋਕ ਮਈਆਂ ਚਾਹ ਕੇ ਕਬਰਸਤਾਨ ਦੇ ਵਿੱਚ ਰੱਖਦੇ ਨਾ ਯਾਰ ਅਜੇ ਤਾਈਂ ਦਫ਼ਨ ਨਾ ਕਰੋ ਅਜੇ ਤਾਈਂ ਮਈਆਂ ਦੀ ਵਾਰਸ ਨਹੀਂ ਆਈ ਆ ਤੇਰੀ ਹਾਏ ਨਿਕਲੀਏ ਖੁਦਾ ਗਵਾਏ ਵੈਣ ਦੀ ਇਜਾਜ਼ਤ ਦੀ ਅਲੀ ਦੀ ਟੁਰ ਪਈ ਆ ਫਿਰਾ ਦੀ ਲਾ ਦੇ ਨੇੜੇ ਆ ਕੇ ਬਹਿ ਗਈਏ ਮੇਰੀ ਸੈਣ ਹੱਥਾਂ ਦੇ ਨਾਲ ਪੱਥਰ ਹਟਾਏ ਝੂਠ ਬੋਲਾਂ ਮੈਂ ਸੈਣ ਦਾ ਮੁਜਰਮ ਵਾ ਯਾਰ ਸਿਰਾ ਪੱਥਰ ਤੇ ਨਾ ਹੈ ਟੁੱਟੀਆਂ ਹੋਈਆਂ ਤਲਵਾਰਾਂ ਹਨ ਟੁੱਟੇ ਹੋਏ ਨੇਜ਼ੇ ਹਨ ਟੁੱਟੇ ਹੋਏ ਤੀਰ ਹਨ ਉਹ ਅਲੀ ਦੀ ਧੀ ਆਈ ਹਟੈਂਦੀ ਗਈ ਏ ਹੱਥ ਚੋਂ ਰੱਤ ਰੁੜਦੀ ਗਈ ਏ ਤੂੰ ਮਾਤਮ ਕੀਤਾ ਜਿਹੜੇ ਵੇਲੇ ਨਜ਼ਰ ਪਈਏ ਨਵਾਂ ਹਿੱਸਿਆਂ ਦੇ ਮੇਰੇ ਸ਼ਬੀਰ ਦੀ ਲਾਸ਼ ਆਈ ਫਿਰਾ ਦੀ ਲਾ ਦੇ ਨਾਲ ਜਾਣ ਪਈਏ ਤੇ ਰੋ ਕੇ ਆਦੀਏ ਅਕਬਰ ਦਾ ਬਾਬਾ ਉੱਠੀ ਵੇਖ ਤਸਈ ਓ ਤੇਰੀ ਲਾਸ਼ ਉਤੇ ਕਿਵੇਂ ਉਜੜ ਕੇ ਆਈ ਆਇਓ ਭੈਣੇ ਇੱਕ ਵੈਣ ਮੈਂ ਕਰ ਲੈ ਸਦਕੇ ਜਾਵਾਂ ਸਦਕੇ ਜਾਵਾਂ ਸਦਕੇ ਜਾਵਾਂ ਹਰ ਬੰਦਾ ਮੇਰੇ ਵੱਲ ਵੇਖਿਆ ਦਿਲ ਆਬਾਦ ਹੁਣ ਅਗਰ ਲਾਈਟਾਂ ਬੰਦ ਕਰਵਾਉਣੀਆਂ ਹੋਣ ਤੇ ਕਰਵਾ ਦਿਓ ਮੈਂ ਵੈਣ ਦੀ ਉਹ 70 ਅੱਖਾਂ ਦੀ ਤੇ ਵੈਣ ਤੇ ਵਿਰਾ ਦੀ ਮੋਹਰੇ ਆ ਹਰ ਆਜ਼ਾਦਾਰ ਮੇਰੇ ਵੱਲ ਵੇਖੇ ਮੈਂ ਦੋ ਜੁਮਲੇ ਪੜ੍ਹਨਾ ਚਾਹੁੰਦਾ ਮਾਤਮੀ ਮੇਰੀ ਸੈਣ ਦੇ ਆ ਲੋਕਾਣੀ ਮੇਰੀ ਸੈਣ ਦੇ ਪਹਿਲੀ ਪਹਿਲੀ ਗੱਲ ਕੀਤੀ ਹੈ ਹੁਸੈਨ ਤੂੰ ਏ ਹੁਸੈਨ ਤੂੰ ਵੇ ਹਰ ਬੰਦਾ ਮੇਰੇ ਵੱਲ ਵੇਖੇ ਹੁਸੈਨ ਤੂੰ ਵੇ ਕੱਪੀਆਂ ਹੋਈਆਂ ਰੱਗਾਂ 'ਚੋਂ ਆਵਾਜ਼ ਆਉਂਦੀ ਆਲੀਆ ਹਾਂ ਮੈਂ ਹੁਸੈਨਾ ਤੇਰੇ ਤੂੰ ਇੱਕ ਗੱਲ ਪੁੱਛਣਾ ਚਾਹੁੰਦਾ ਫਾਸਲਾ ਤੇ 70 ਕਦਮਾਂ ਦਾ ਹਾਈ ਮੈਂ ਕੱਲ ਦਾ ਕੁੱਠਾ ਆਲੀਆ ਮੇਰੀ ਲਾ ਤੇ ਨਾਨਾ ਆਇਆ ਮੇਰੀ ਲਾ ਤੇ ਬਾਬਾ ਆਇਆ ਅੰਮਾ ਬਤੂਲ ਆਈਏ ਮੇਰੀ ਲਾ ਤੇ ਹਸਨ ਆਇਆ ਨਬੀ ਆਇਆ ਫਾਸਲਾ ਤੇ ਕੋਈ ਨਾ ਆਈ ਤੂੰ ਕਿਉਂ ਆਈ ਫਿਰਾ ਦੀ ਲਾ ਤੇ ਛੜ ਪਈਏ ਤੇ ਰੋ ਕੇ ਆਦੀਏ ਵੇ ਬਾਬਾ ਅਲੀ ਅਕਬਰ ਦਾ ਮੇਰੇ ਅਲਵੇ ਮੇਰੀ ਮਜਬੂਰੀ ਆਈ ਕਿਹੜੀ ਮਜਬੂਰੀ ਸੈਣਾ ਦੀਏ ਅਜਾ ਖੋਲਤ ਹਰੇ ਓ
तेरी गर्दन दा मेरा वीरण लाई बंद थिया एक दसदा खिन मातम दवाला गया मेरी सेना दिए बहु तेर ताई घर भैन तेरी दा मलूल लुटेगा रिया बिरा दिला ते झण पइए ते मातम करके आ दिए जदा लहण लगा अपने दर सुना जिन्ना बंद मातम करना है रो रो के आदि शबीर तेरवी सरब दे बाद एक चौदवी सरब चली सैयदा तजकरा अपने दुखा की जाकरी कर अकल मार के आदि प्यो वाली अकबर दा शिमर तेरा सर चाया जान के उस पासो लग्या जिने मेरे गादी दी लाश आई अब्बा दी लाश ते आके तेरा सिर रख्या ते हाथ सद के आदे कोई पास लगदे ते ला मैं लुटनिया चादर आयो जैलबदी बेच करबल दे सहरा जिने बार खलोते हो जेड़े पिछे खलोते हो परदेदार वेण पे कर दे अली दी धीरा भी हो भी आलिया दे टुरण ते ना रोसे दे किनू रोसे लख लख मारी जितनी वरिया को कुत्ता लत लल के आदाई असा लुटनीए चादर इजाजत है ते चौदवी जरा पढ़ा बोलो मेरे लाल मासूम जो चौदह ना हुजता जो चौदह ना तेरा जरबा ते शबीर ते चलिया चौथी जरा भी खुदा गवाए चौथी जरा भी जिस वहादत बचाइए हर बंदा मेरे अलवे के यार करबला दे जितने जाहिर हो जरा हाथ चवे है करबला दे जितने जाहिर हो शर्म वाली गल नहीं जरा हाथ चवे है एहसान फरमाओ करबला दे जवार तुसी करबला दे जवार हो जेड़े वेले शबीर कुठ है उस ते मेरी सैण दी लबा भाई जान चिल्लाए जैन भैया ते हाई जेड़े वेले चादर लती है उस वेले मेरी सैण कासम वाले खैमे दे विच आई तू दिया फैसला करो कितना फासला है टिप्पे तू लेके कयाम ताई मिंबर दी इज्जत दी कसम है शिमर हराम दादा ने दे लेके टिप्पे ते चढ़या अली दी दी खैमा तब्दील कीता है बंदिया दिल जाकर सकत पड़दा है तो करबला वेखी होइए ते मेरा जुमला समर अली दी अगले खेमे गई है कुत्ता पीछे आया है अगले खेमे गई है कुत्ता पीछे आया है अगले खेमे दे मेरे गई है कुत्ता पीछे आया है जड़े वेले खेमे मुक गए असगर दी भैन भाल पई है गादी दी लाते आके छड़िए ते रो रो के आदिए पिया लुट दई चादर ओ तेरी सैन ज़ैनब दी ओ कोई वास लग दई ते लाए ओ दे हाथ वेज दी कर बड़ा वड्डा है ओ बंदा बड़ा अमीर है ओ बंदा जड़ा है सतर ते नहीं रो सकिया बड़ा वड्डा है ओ बंदा जड़ा है सतर ते हाँ लख लख वारी जितनी वारी आखो मेरी नौकरी है अली दी धी दे सिर दे ओ तो जुल्म दे नाल चादर ले गई जिन्ना बंदिया मातम करना यार हाथ चादर लती मेरी सैण छण पइए पीरा दे कातल दे अगो हाथ जोड़न ते रो रो के आदिए जे लुट लईए चादर ओ मैनो कताल जे कर ओ रो आखिया दी सहराए मैं गैरत हां हुक्म आई जो रला के शामे करी बात तुरना पड़ी रला के पड़ी रला के पड़दा पिया ए हाई शामे गरीबा दा हिस्सा जड़े वेले फिरा नु दसिया जो तेरे बाद मैं लुटी गई हां खुदा दी कसम इको मेल कीता आदिए अकबर दा बाबा ओ मेरा अमीर फिरा उसे हर बंदे सतर समझी नहीं दूजा वेल करन लगी है ए ते तू वार तई सुनिया जो लाशा तू उठिया नहीं
लाशा तो उठिया नहीं उठाइया गई इजाजत दियो भाई जवे ते मैं अदी लबास रखना चाला गल मेरी नहीं गल तेरे बारवे इमाम दिए उदो तक नहीं उठिया जो तई कपड़िया दे रंग तब्दील नहीं होया तू मातम की ते शिमर हराम दादे दे हाथ च नेजा आई कुत्ते दे पोत्र आलिया दे सर ते नेजा मारिया है नेजे दा लगना आई मेरी सैन जान पई है ते गादी दी चल डिठा है रो रो के अदिए मर मर के जींदी पैया कैदन सड़ींदी पैया गादी बुलेंदा क्यों नहीं लुकिया बोलिया रे आवाज बधा मेरे कमेंट करण दे आवाज बधा मेरे कमेंट करण दे हर बंदा मातम करे मैं सतर रखना चाहना जेड़े वेले नेजा अली दी धीन लगा सतर दे बाद में मामल मगावा जेड़े वेले नेजा लगा मेरी सैण जमीर ते झड़ पईए गादी अल वेख के अदिए मर मर के जींदी पईआ कैदन सड़ींदी पईआ गादी इकला दा रोको इकला दा रोको मामले अली दी धीदा मेरा दिल पिया करदा है मेरो सतर आखण दियो इकला दा रोतिया है उठे कोई ना जुमला इको पढ़न दियो ते वत लै आवया है हर बंदा मेरे अल वेखे डेढ़ मिनट में मंगना भाई नहीं सुनदे पयो ते इकला दा रोको मेन मुकाण दी इको सतर पढ़न दियो यार जड़ा हुक्मे मेरा दिल ने मैं पूरा च करा तेरे मातम दी कसम है यार गल सौखी नहीं गल वध गई आए कर करो वड़ा ले जेड़े वेले अली दी धी मामल दे कोल आईए ए तू इला हराम दादिया सजाद नु मारिया ए तू इला अली दी धी नु मारिया असगर दी भैण फल पईए चाचे दी लाश छड़िए ते रो के आदिए वे चाचा उठी के वे जंज चढ़ पई है ओ अली अकबर दी उठ शाम दो टुर दे आयो पैदी जेंदा फलक ते शबा जिस वैन नहीं कीता या अमीर है या नु समझ नहीं आई जिस वैन नहीं कीता सारिया नु मौलत पे देना वैन दी ए मेरे कान ने चुट के नहीं माखिया ही भाई एक वैन ताकलाए बाजार दा जरूर करी ता वास्ते मैं इस जाते रुक गया वरना मजलिस में मुकालवा हर बंदा मेरे अल देखो यार जिथे शहजादी बन के आई आई जिते शहजादी बन के आई आई उथे अली दीदी कैदन बन के आईए बारह मोहर्रम का दिहाड़ा हर अजादार मेरे अल वेखे मैं एक रिवायत की इजाजत हो पढ़ देवा जितने बंदे हल्के दे मातमी हो हाथ जाओ तो मैं रिवायत की सदर पढ़ा हाथ जाओ हल्के दे मातमी लया कुरान रख मेरे सिर से मैं कसम चा देवा जेड़े वेले कूफे का बाजार आया आराम का दिया चार हजार औरतां नचण वालिया मंगाइया हाथ तद के आ देने शहजादी बन के आई आई अली दीदी दाखल होवे तुसी नचना शुरू करो और दादिया लसा नहीं नचना क्यों नहीं नचना दियां बाजार दा माहौल इस काबल कोई नहीं और तुसा मातम कीता है जिथे नचण वालिया औरतां जवाब दे गईया उथे अली दियां दियां सिर नंगे बाजार दे वेले कदम रखिया है आलिया दे वाल खुल गए अकल मार के ए कूफा नहीं लयाओ ओ ए कूफा नहीं ओ मेरे कत्ल दी जाए फरमाया दी सहारा ए कूफा मातम करो ते मैं वेण पढ़ देना मातम करो ते मैं वेण पढ़ देना अदादा रो जड़े वेले पूरे दरवाजे ते मेरी सैण पहुंची है हालत केड़ी आई मुस्लिम दा सारा ही दरवाजे ते लटकिया होया मुस्लिम दियां अखां खुलियां ते सजाद अल डिठा है आदे तू जो गैरत दा खुदा है अल्लाह दे नाते इतना नसा क्यों आदिया ज़ैनब ओ बाजार दे विच ओ मैं को डस तू दी नदा दी मुक नसल वदी मत